ਘਰ ਦੀ ਗਰੀਬੀ ਦੂਰ ਕਰਨ ਦੇ ਮਕਸਦ ਨਾਲ ਰੂਸ ਦੀ ਫੌਜ ਵਿੱਚ ਭਰਤੀ ਹੋਏ। ਹਰਿਆਣਾ ਦੇ ਰਵੀ ਦੀ ਲਾਸ਼ ਲਈ ਪਰਿਵਾਰ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੈਥਲ ਦੇ ਮਟੋਰ ਪਿੰਡ ਦੇ ਰਹਿਣ ਵਾਲੇ ਰਵੀ ਦੇ ਭਰਾ ਅਜੇ ਦਾ ਕਹਿਣਾ ਹੈ ਕਿ ਉਹਨਾਂ ਨੇ 11.5 ਲੱਖ ਰੁਪਏ ਲਗਾ ਕੇ ਉਸ ਨੂੰ ਵਿਦੇਸ਼ ਭੇਜਿਆ ਸੀ, ਪਰ ਏਜੰਟ ਨੇ ਉਸ ਨੂੰ ਕੰਮ ਦਬਾਉਣ ਦੀ ਬਜਾਏ ਉਸ ਨੂੰ ਫੌਜ ਵਿੱਚ ਭਰਤੀ ਕਰਵਾ ਦਿੱਤਾ। ਜਾਣਕਾਰੀ ਮੁਤਾਬਕ 23 ਮਾਰਚ ਨੂੰ ਰਵੀ ਦੀ ਮੌਤ ਦੀ ਪੁਸ਼ਟੀ ਹੋਈ ਸੀ, ਜਦਕਿ ਪਰਿਵਾਰ ਦੀ ਆਖਰੀ ਵਾਰ ਉਸ ਨਾਲ 12 ਮਾਰਚ ਨੂੰ ਗੱਲ ਹੋਈ ਸੀ। ਹੁਣ ਮਾਸਕੋ ਵਿੱਚ ਭਾਰਤੀ ਅੰਬੈਸੀ ਨੇ ਰਵੀ ਦੀ ਲਾਸ਼ ਦੀ ਸ਼ਨਾਖਤ ਲਈ ਪਰਿਵਾਰ ਤੋਂ DNA ਟੈਸਟ ਦੀ ਰਿਪੋਰਟ ਮੰਗੀ ਹੈ। ਜੋ ਕਿ ਏਜੰਟ ਕੇ ਥਰੂ ਗਿਆ ਥਾ, ਏਜੰਟ ਨੇ ਮਤਲਬ ਹਮਾਰੇ ਕੋ ਟ੍ਰਾਂਸਪੋਰਟ ਕੇ ਲਈ ਬੋਲਿਆ ਥਾ, ਤੋ ਵਹਾਂ ਜਾ ਕੇ ਇਸਕੋ ਮਤਲਬ ਆਰਮੀ ਮੇਂ ਸਿਲੈਕਟ ਕਰਵਾ ਦਿਆ। ਵਹਾਂ ਪੇ ਲਾਸਟ ਟਾਈਮ 12 ਮਾਰਚ ਕੋ ਹੋਈ ਥੀ, 5:54 ਹੋਈ ਥੀ ਹਮਾਰੀ। ਇਸਨੇ ਉਹ ਇਸ ਰਿਕਾਰਡਿੰਗ ਮੇਂ ਭੇਜਿਆ ਥਾ ਕਿ ਮੈਂ ਦੁਬਾਰਾ ਫਰੰਟ ਲਾਈਨ ਮੇਂ ਜਾ ਰਿਹਾ ਹੂੰ, ਜਿਸ ਮੇਂ ਟੈਂਕ ਕੀ ਆਵਾਜ਼ ਆ ਰਹੀ, ਟੈਂਕ ਮੇਂ ਬੈਠਾ ਥਾ ਯੇ, ਕਿ ਦੁਬਾਰੇ ਅਬ ਮੈਂ ਆ ਕੇ ਬਾਤ ਕਰੂੰ ਆਪਕੇ ਸਾਥ, ਤਭੀ ਸੇ ਹਮਾਰਾ ਕੰਟੈਕਟ ਨਹੀਂ ਆ ਉਸਕੇ ਸਾਥ। ਅਭੀ ਮੈਂ 21 ਜੁਲਾਈ ਕੋ ਈਮੇਲ ਡਾਲੀ ਮੋਸਕੋ ਅੰਬੈਸੀ ਮੇਂ, ਜੋ ਹਮਾਰੀ ਇੰਡੀਅਨ ਅੰਬੈਸੀ ਹੈ, ਉਹਨੇ ਹਮੇ ਇੱਕ ਦਿਨ ਕਾ ਰਿਪਲਾਈ ਦੇਣੇ ਕੇ ਲੀਏ ਬੋਲਿਆ। 23 ਜੁਲਾਈ ਕੋ ਫਿਰ ਉਨਕਾ ਰਿਪਲਾਈ ਆਇਆ ਹਮਾਰੇ ਪਾਸ ਕਿ ਇਸਕੀ ਡੈਥ ਹੋ ਗਈ ਹੈ ਔਰ ਇਸਕਾ ਪਾਸਪੋਰਟ ਨੰਬਰ ਉਸਨੇ ਫੋਨ ਪੇ ਹੀ ਬਤਾਇਆ ਥਾ, ਔਰ ਕੁਛ ਲਾਈਨ ਲਿਖੀ ਦੀ ਕਿ ਐਸੇ ਫਰੰਟ ਲਾਈਨ ਪੇ ਇਸਕੀ ਡੈਥ ਹੋ ਗਈ ਹੈ। 23 ਜੁਲਾਈ ਕੋ ਫਿਰ ਆਇਆ ਪ੍ਰੂਫ ਕਿ ਇਸਕਾ DNA ਟੈਸਟ ਕਰਵਾਓ ਆਪ ਆਪਕੇ ਫਾਦਰ ਕਾ, ਔਰ ਤਬ ਆਪਕੇ ਪਾਸ ਜੋ ਬੋਡੀ ਹੈ ਇਸਕੀ ਉਹ ਹਮ ਭੇਜ ਦੇਂਗੇ। ਇਸ ਪਿੰਡ ਵਿੱਚੋਂ ਕਰੀਬ 5 ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਹੋਏ ਦੱਸੇ ਜਾ ਰਹੇ ਨੇ। ਅਜੇ ਦਾ ਕਹਿਣਾ ਹੈ ਕਿ ਉਸਦੇ ਭਰਾ ਨੂੰ ਰੂਸ ਯੂਕਰੇਨ ਜੰਗ ਦੌਰਾਨ ਸਰਹੱਦ ਤੇ ਲੜਨ ਲਈ ਭੇਜ ਦਿੱਤਾ ਗਿਆ। ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ ਰਵੀ ਨੂੰ ਵਿਦੇਸ਼ ਭੇਜਿਆ ਸੀ, ਪਰ ਹੁਣ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਉਹ ਰਵੀ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਨੇ। ਪਹਿਲੇ ਹਮ ਖੇਤੀ ਕਈ ਕੰਮ ਕਰਦੇ ਹੋਏ, ਜਿਸਸੇ ਅਬ ਮੈਂ ਟੈਕਸੀ ਡਰਾਈਵਰ ਹੂੰ, ਉਸੀ ਸੇ ਹਮਾਰਾ ਮਤਲਬ ਘਰ ਕਾ ਕੰਮ ਚਲਤਾ ਹੈ, ਜਿਸੇ ਆਪਨੇ ਦੇਖ ਵੀ ਲਿਆ ਆਰਥਿਕ ਸਥਿਤੀ ਬਹੁਤ ਹੀ ਕਮਜ਼ੋਰ ਹੈ, ਗੰਭੀਰ ਹੈ। ਇਸਕੇ ਇਹ ਤਾਂ ਹਮਾਰਾ ਇੱਕ ਮਾਧਿਅਮ ਜਿਸਕੇ ਸਾਥ ਹਮਾਰਾ ਮਤਲਬ ਘਰ ਵੀ ਉਹ ਚਲਤਾ ਹੈ। ਰਵੀ ਦੀ ਦਾਦੀ ਦਾ ਕਹਿਣਾ ਹੈ ਕਿ ਉਸਨੂੰ ਸਰਕਾਰ ਤੋਂ ਆਰਥਿਕ ਸਹਾਇਤਾ ਨਹੀਂ ਚਾਹੀਦੀ, ਸਗੋਂ ਆਪਣੇ ਪੋਤੇ ਦੀ ਲਾਸ਼ ਚਾਹੀਦੀ ਹੈ। ਆਖਰੀ ਵਾਰ ਤਾਂ ਅੱਗੇ ਕੁਛ ਨਹੀਂ ਕਰ ਨਹੀਂ ਬੋਲਿਆ, ਦਾਦੀ ਜੀ ਠੀਕ ਸੈ ਮਾਂ ਠੀਕ ਸੋ ਬੇਟਾ, ਇਹ ਮੈਂ ਤਾਂ ਨਹੀਂ ਸਮਝਦੀ ਮੇਰਾ ਪੁੱਤਾ ਹਜੇ ਹਾਂ, ਮੈਨੂੰ ਰਕਮ ਕੀ ਕੋਈ ਲੋੜ ਨਹੀਂ, ਮੇਰਾ ਪੁੱਤਾ ਕਿ ਤਲਾਸ਼ ਕੱਢ ਦਿਓ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਤਲਾਸ਼ ਜਾਰੀ ਹੈ। ਜੋ ਏਜੰਟ ਮਟੋਰ ਗਾਂਵ ਕਾ ਰਹਿਣੇ ਵਾਲਾ ਥਾ ਔਰ ਸਤਿਆਵਾਨ ਉਸਕਾ ਨਾਮ ਥਾ, ਇਸਕੇ ਸੰਬੰਧ ਮੇਂ 102 ਨੰਬਰ ਪ੍ਰਾਥਮਿਕੀ ਦਰਜ ਕੀ ਗਈ ਥੀ ਔਰ ਜੋ ਮੇਨ ਏਜੰਟ ਉਸਕੋ ਗ੍ਰਿਫਤਾਰ ਕੀਆ ਗਿਆ। ਇੱਕ ਦੂਸਰਾ ਏਜੰਟ ਵੀ ਹੈ ਹਮਾਰੇ ਰਾਡਾਰ ਪੇ ਜੋ ਅਭੀ ਔਨ ਰਨ ਹੈ, ਅਭੀ ਗ੍ਰਿਫਤਾਰ ਨਹੀਂ ਹੋ ਪਾਇਆ। ਇਸਕੇ ਸੰਬੰਧ ਮੇਂ ਪਤਾ ਚਲਾ ਕਿ ਇਸਕੋ ਹੈਲਪਰ ਕੇ ਤੌਰ ਪਰ ਡਿਊਟੀ ਕਾ ਕਾਮ ਦਿਲਾਨੇ ਕੇ ਲਈ ਰਸ਼ੀਆ ਭੇਜਾ ਗਿਆ ਥਾ, ਲੇਕਿਨ ਵਹਾਂ ਪਰ ਇਸਕੋ ਰਿਕਰੂਟ ਕਰਵਾ ਦਿਆ ਗਿਆ ਗਲਤ ਤਰੀਕੇ ਸੇ ਮਿਲਟਰੀ ਮੇਂ। ਅਨਕਨਫਰਮਡ ਇਨਫੋਰਮੇਸ਼ਨ ਯਹੀ ਹੈ ਕਿ ਸੈਕਿੰਡ ਏਜੰਟ ਰਸ਼ੀਆ ਮੇਂ ਹੈ ਔਰ ਕੋਲੇਖਾਂ ਗਾਂਵ ਕਾ ਰਹਿਣੇ ਵਾਲਾ।